ਰੇਲਾਂ ਦੇ ਚੱਕਾ ਜਾਮ ਕਰਨ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਵੱਡੀ ਕਾਰਵਾਈ ਕਰ ਦਿਆ। ਕਿਸਾਨ ਆਗੂਆਂ ਦੇ ਘਰਾਂ ਚ ਵੜ ਕੇ ਉਹਨਾਂ ਨੂੰ ਘਰੋਂ ਹੀ ਚੁੱਕ ਕੇ ਹਿਰਾਸਤ ਚ ਲੈ ਲਿਆ ਗਿਆ। ਸਾਰਿਆਂ ਦੇ ਮੋਬਾਈਲ ਫੋਨ ਬੰਦ ਕਰ ਦਿੱਤੇ ਗਏ ਨੇ ਤੇ ਕਈ ਆਗੂਆਂ ਨੂੰ ਘਰ ਦੇ ਵਿੱਚ ਹੀ ਨਜ਼ਰ ਬੰਦ ਕਰ ਦਿੱਤਾ ਗਿਆ। ਦੱਸਦੀਏ ਕਿ ਅੱਜ ਗੰਨਾ ਉਤਪਾਦਕਾਂ ਦੇ ਵੱਲੋਂ ਧੂਰੀ ਦੇ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਜਾਣਾ ਸੀ, ਰੇਲਾਂ ਦਾ ਚੱਕਾ ਜਾਮ ਕੀਤਾ ਜਾਣਾ ਸੀ। ਕਈ ਕਿਸਾਨ ਜਥੇਬੰਦੀਆਂ ਇਹਨਾਂ ਦਾ ਸਾਥ ਦੇਣ ਲਈ, ਸਮਰਥਨ ਦੇਣ ਲਈ ਵੀ ਇਕੱਠੀਆਂ ਹੋਣੀਆਂ ਸਨ, ਪਰ ਉਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਇੱਕ ਕਾਰਵਾਈ ਕੀਤੀ ਗਈ ਹੈ। ਤੜਕੇ 6 ਵਜੇ ਪੁਲਿਸ ਇਹਨਾਂ ਕਿਸਾਨ ਆਗੂਆਂ ਦੇ ਘਰਾਂ 'ਚ ਵੜੀ ਹੈ ਅਤੇ ਕਿਸਾਨ ਆਗੂਆਂ ਨੂੰ ਘਰੋਂ ਹੀ ਚੁੱਕ ਕੇ ਹਿਰਾਸਤ 'ਚ ਲੈ ਲਿਆ ਗਿਆ। ਕਈ ਕਿਸਾਨ ਆਗੂਆਂ ਨੂੰ ਘਰਾਂ ਦੇ ਵਿੱਚ ਨਜ਼ਰ ਬੰਦ ਕਰ ਦਿੱਤਾ ਗਿਆ। ਦੱਸਦੀਏ ਕਿ ਧੂਰੀ ਦੇ ਵਿੱਚ ਇਹਨਾਂ ਗੰਨਾ ਉਤਪਾਦਕਾਂ ਦੇ ਵੱਲੋਂ ਰੇਲਵੇ ਟਰੈਕ ਜਾਮ ਕੀਤੇ ਜਾਣੇ ਸੀ। ਇਸ ਤੋਂ ਪਹਿਲਾਂ ਹੀ ਪੁਲਿਸ ਇਹਨਾਂ ਆਗੂਆਂ ਦੇ ਘਰ ਪਹੁੰਚ ਗਈ। ਇੱਥੇ ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ ਦੇ ਘਰ ਵੀ ਇਹ ਪੁਲਿਸ ਦਰਵਾਜ਼ੇ ਤੋੜ ਕੇ ਅੰਦਰ ਦਾਖਲ ਹੋਈ ਹੈ ਤੇ ਇਹ ਘਰ ਦੇ ਵਿੱਚ ਹੀ ਜਸਵਿੰਦਰ ਸਿੰਘ ਲੌਂਗੋਵਾਲ ਨੂੰ ਨਜ਼ਰ ਬੰਦ ਕੀਤਾ ਗਿਆ ਹੈ। ਗੰਨੇ ਦੀ ਫਸਲ ਦੀ ਖਰੀਦ ਨੂੰ ਲੈ ਕੇ ਤੇ ਕੀਮਤ ਨੂੰ ਲੈ ਕੇ ਇੱਥੇ ਕਿਸਾਨਾਂ ਦੇ ਵੱਲੋਂ ਵੱਡਾ ਪ੍ਰਦਰਸ਼ਨ ਕੀਤਾ ਜਾਣਾ ਸੀ, ਪਰ ਉਸ ਤੋਂ ਪਹਿਲਾਂ ਹੀ ਪੁਲਿਸ ਦੇ ਵੱਲੋਂ ਇਹ ਵੱਡੀ ਕਾਰਵਾਈ ਮਲ ਚ ਲਿਆਂਦੀ ਗਈ ਹੈ। ਅੱਜ 10 ਵਜੇ ਦਾ ਟਾਈਮ ਦਿੱਤਾ ਗਿਆ ਸੀ ਰੇਲਵੇ ਟਰੈਕ ਜਾਮ ਕਰਨ ਦਾ, ਪਰ ਉਸ ਤੋਂ ਪਹਿਲਾਂ ਤੜਕੇ 6 ਵਜੇ ਹੀ ਇਹ ਪੁਲਿਸ ਕਿਸਾਨ ਆਗੂਆਂ ਦੇ ਘਰਾਂ 'ਚ ਪਹੁੰਚ ਗਈ ਅਤੇ ਘਰੋਂ ਹੀ ਕਿਸਾਨ ਆਗੂਆਂ ਨੂੰ ਚੁੱਕ ਕੇ ਲੈ ਗਈ। ਇੰਨਾ ਹੀ ਨਹੀਂ, ਉਹਨਾਂ ਦੇ ਮੋਬਾਈਲ ਫੋਨ ਤੱਕ ਬੰਦ ਕਰ ਦਿੱਤੇ ਗਏ ਨੇ ਤੇ ਕਈ ਕਿਸਾਨ ਆਗੂਆਂ ਨੂੰ ਘਰਾਂ ਦੇ ਵਿੱਚ ਹੀ ਨਜ਼ਰ ਬੰਦ ਕੀਤਾ ਗਿਆ ਹੈ। ਗੰਨਾ ਸੰਘਰਸ਼ ਕਮੇਟੀ ਤੇ ਬੀਕੇਯੂ ਏਕਤਾ ਯਾਦ ਕਿਰਤੀ ਕਿਸਾਨ ਯੂਨੀਅਨ ਤੇ ਹੋਰ ਜਥੇਬੰਦੀਆਂ ਦੇ ਵੱਲੋਂ ਜਿਹੜਾ ਅੱਜ ਧੂਰੀ ਦੇ ਵਿੱਚ ਧੂਰੀ ਗੰਨਾ ਮਿੱਲ ਨੂੰ ਬਚਾਉਣ ਦੇ ਲਈ ਸੰਘਰਸ਼ ਵਿੱਢਿਆ ਹੋਇਆ ਸੀਗਾ। ਅੱਜ ਰੇਲਾਂ ਦਾ ਜੰਕਸ਼ਨ ਸੀਗਾ, ਉਹ ਜਾਮ ਕਰਨਾ ਸੀ ਸੀਐਮ ਦੀ ਸਿਟੀ ਦੇ ਵਿੱਚ, ਪਰ ਭਗਵੰਤ ਮਾਨ ਸਰਕਾਰ ਦੇ ਵੱਲੋਂ ਅਜਿਹਾ ਅੱਜ ਘਨੌਣਾ ਰੂਪ ਹੈ ਜਿਹੜਾ ਉਹ ਲੌਂਗੋਵਾਲ ਦੇ ਵਿੱਚ ਜਸਵਿੰਦਰ ਸਿੰਘ ਸੋਮਾ ਲੌਂਗੋਵਾਲ ਨੂੰ ਗ੍ਰਿਫਤਾਰ ਕਰਨ ਦੇ ਸਮੇਂ ਘਨੌਣਾ ਰੂਪ ਸਾਹਮਣੇ ਆਏਗਾ। ਉਹਨਾਂ ਨੂੰ ਘਰ ਦੇ ਵਿੱਚੋਂ ਉਹਨਾਂ ਦੇ ਘਰ ਦੇ ਜਿੰਦੇ ਵਗੈਰਾ ਸ਼ੀਸ਼ੇ ਵਗੈਰਾ ਤੋੜ ਕੇ ਜਿਹੜਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਹੋਰ ਵੀ ਬਹੁਤ ਸਾਰੇ ਆਗੂਆਂ ਦੇ ਘਰੇ ਜਿਹੜੀ ਛਾਪੇਮਾਰੀ ਕੀਤੀ ਗਈ ਹੈ। ਹੈਪੀ ਨਮੋਲ ਨੂੰ ਨਮੋਲ ਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ। ਇਸ ਤਰ੍ਹਾਂ ਭਗਵੰਤ ਮਾਨ ਸਰਕਾਰ ਜਿਹੜੀ ਕਾਰਪੋਰੇਟ ਦੀ ਪਿੱਠ ਤੇ ਖੜੀ ਆ, ਉਹ ਡੀਪੀ ਯਾਦਵ ਦੀ ਮਿੱਲ ਨੂੰ ਬਚਾਉਣ ਦੇ ਲਈ ਉਹਨਾਂ ਦੇ ਵੱਲੋਂ ਇਹ ਸਾਰਾ ਕੁਝ ਆ ਜਿਹੜਾ ਕੀਤਾ ਜਾ ਰਿਹਾ ਹੈ। ਜੇ ਗੰਨਾ ਜਿਹੜੇ ਕਿਸਾਨ ਨੇ ਉਹ ਸੰਘਰਸ਼ ਕਰ ਰਹੇ ਨੇ ਆਪਣੇ ਮਿੱਲ ਨੂੰ ਬਚਾਉਣ ਦੇ ਲਈ, ਆਪਣੀ ਗੰਨੇ ਦੀ ਖੇਤੀ ਨੂੰ ਬਚਾਉਣ ਦੇ ਲਈ, ਆਪਣੀਆਂ ਪੇਮੈਂਟਾਂ ਦੇ ਲਈ ਸੰਘਰਸ਼ ਕਰ ਰਹੇ ਨੇ, ਤਾਂ ਭਗਵੰਤ ਮਾਨ ਸਰਕਾਰ ਉਹ ਡੀਪੀ ਯਾਦਵ ਦੀ ਪਿੱਠ ਤੇ ਖੜ ਕੇ ਉਹ ਮਿੱਲ ਨੂੰ ਬੰਦ ਕਰਾਉਣ ਤੇ ਲੱਗੀ ਹੋਈ ਹੈ। ਇਸ ਤੋਂ ਵੱਡੀ ਘਨੌਣੀ ਤੇ ਸ਼ਰਮਨਾਕ ਹਰਕਤ ਹੈ ਜਿਹੜੀ ਉਹ ਭਗਵੰਤ ਮਾਨ ਸਰਕਾਰ ਦੀ ਕੀ ਹੋ ਸਕਦੀ ਹੈ ਕਿ ਗੰਨਾ ਜਿਹੜਾ ਮਿੱਲ ਦਾ ਮਾਲਕ ਹੈ, ਜਿੰਨਾ ਚਿਰ ਉਹ ਪੇਮੈਂਟਾਂ ਕਿਸਾਨਾਂ ਦੀਆਂ ਰੋਕੀ ਖੜਾ ਹੈਗਾ,
ਉਹਦੇ ਤੱਕ ਕੋਈ ਐਕਸ਼ਨ ਹੈ ਜਿਹੜੀ ਉਹ ਭਗਵੰਤ ਮਾਨ ਸਰਕਾਰ ਨਹੀਂ ਕਰ ਰਹੀ, ਸਗੋਂ ਮਿੱਲ ਨੂੰ ਬਚਾਉਣ ਦੇ ਲਈ ਸੰਘਰਸ਼ ਕਰ ਰਹੇ ਆਗੂਆਂ ਨੂੰ ਘਰਾਂ ਦੇ ਵਿੱਚੋਂ ਗ੍ਰਿਫਤਾਰ ਕੀਤਾ ਹੈਗਾ। ਅਸੀਂ ਇਹ ਗੱਲ ਦੀ ਪੁਰਜ਼ੋਰ ਨਿੰਦਾ ਕਰਦੇ ਹਾਂ ਅਤੇ ਲੋਕਾਂ ਨੂੰ ਅਪੀਲ ਕਰਦੇ ਹਾਂ ਕਿ ਆਪਣੇ ਹਰਮਨ ਪਿਆਰੇ ਆਗੂਆਂ ਨੂੰ ਤੁਸੀਂ ਗ੍ਰਿਫਤਾਰੀ ਦੇ ਵਿੱਚੋਂ ਛਡਵਾਉਣ ਦੇ ਲਈ ਅਤੇ ਉਹਨਾਂ ਨੂੰ ਉਹਨਾਂ ਥਾਣਿਆਂ ਦੇ ਵਿੱਚੋਂ ਰਿਹਾਅ ਕਰਾਉਣ ਦੇ ਲਈ ਘਰਾਂ ਦੇ ਵਿੱਚੋਂ ਨਿਕਲੋ। ਸੋ ਇਹਨਾਂ ਸਰਕਾਰਾਂ ਤੋਂ ਡਰਨ ਦੀ ਲੋੜ ਨਹੀਂ, ਅਸੀਂ ਇਹ ਗੱਲ ਦੀ ਬਹੁਤ ਜ਼ਿਆਦਾ ਨਿਖੇਧੀ ਕਰਦੇ ਹਾਂ।